ਕੁਲਵੀਰ ਜੀਰੇ ਨੇ ਕਿਹਾ ਜੀਰੇ ਨੂੰ ਉੱਤਰ ਲੱਗ ਜਾਣ ਦੇਣਾ ਕੌਣ ਇਹ ਤਾਂ ਜੀ ਉਹਨਾਂ ਦੀਆਂ ਆਪਦੀਆਂ ਨੇ ਪਰ ਇਹ ਹੈ ਕਿ ਸੁਖਬੀਰ ਬਾਦਲ ਨੂੰ ਹਰੇਕ ਜਾਣਦਾ ਉਹਨੇ ਜੋ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤੋਂ ਲੁੱਟ ਮਚਾਈ ਉਹਨੇ ਜੋ ਪੰਜਾਬ ਨੂੰ ਕੁੱਟਿਆ ਉਹਨੇ ਜੋ ਬੇਅਦਬੀਆਂ ਕਰਾਈਆਂ ਗੁਰੂ ਸਾਹਿਬ ਦੀਆਂ ਸੋ ਇਹ ਬੱਚਾ ਜਾਣਦਾ ਸੁਖਬੀਰ ਬਾਦਲ ਹੋਰਾਂ ਨੂੰ ਹੁਣ ਲੋਕ ਨਫ਼ਰਤ ਕਰਨ ਲੱਗ ਗਏ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵੀ ਹੁਣ ਵੜਨ ਤੋਂ ਇਤਰਾਜ਼ ਦੇਖੋ ਜੀ ਇੱਕ ਪਾਸੇ ਤਾਂ ਇਹ ਅਣਪਛਾਤੀ ਪੁਲਿਸ ਲਿਖਦੇ ਸੀ ਇੱਕ ਪਾਸੇ ਜਦੋਂ ਨਾਮ ਆ ਗਏ ਤਾਂ ਹੁਣ ਉਹਨਾਂ ਨੂੰ ਫੜ ਰਹੇ ਨੇ ਪਰ ਮੈਂ ਫੇਰ ਕਹਿਣਾ ਕਿ ਇਹ ਜਿਹਨਾਂ ਨੂੰ ਫੜ ਰਹੇ ਨੇ SSP ਜਾਂ ਕੋਈ SHO ਤੇ ਇਹ ਤਾਂ ਮੋਹਰੇ ਨੇ ਜੀ ਇਹਨਾਂ ਨੇ ਤਾਂ ਗੋਲੀਆਂ ਚਲਾਈਆਂ ਸੀ ਗੋਲੀਆਂ ਦੇ ਆਰਡਰ ਦੇਣ ਵਾਲੇ ਕਿੱਥੇ ਨੇ ਗੋਲੀਆਂ ਦੇ ਆਰਡਰ ਦੇਣ ਵਾਲਿਆਂ ਨੂੰ ਫੜੋ ਨਾ ਉਹਦੇ ਵਿੱਚ ਗ੍ਰਹਿ ਮੰਤਰੀ ਸੁਖਬੀਰ ਬਾਦਲ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ DGP ਸੁਮੇਸ਼ ਸੈਣੀ ਸੀ ਸੋ ਇਹਨਾਂ ਨੂੰ ਵੀ ਫੜੋ ਨਾ ਇਹ ਕਹਿੰਦੇ ਕਿ ਚਰਨਜੀਤ ਸ਼ਰਮਾ ਦਾ ਵਿਦੇਸ਼ ਭੱਜਣ ਦੇ ਚਰਚੇ ਸੀਗੇ ਤਾਂ ਫਿਰ ਇਹ ਵੀ ਭੱਜ ਸਕਦੇ ਨੇ ਕਹਿੰਦੇ ਇਹਨਾਂ ਦੇ ਪਾਸਪੋਰਟ ਵੀ ਜਿਹੜੇ ਨੇ ਜ਼ਬਤ ਕਰਨੇ ਚਾਹੀਦੇ SIT ਨੂੰ ਫਰੀ ਹੈਂਡ ਦਿੱਤਾ ਹੀ ਨਹੀਂ ਤੇ ਹੁਣ ਜਦੋਂ ਕੋਰਟ ਵਿੱਚ ਆਈਏ ਤਾਂ SIT ਨੂੰ ਫਰੀ ਹੈਂਡ ਦੇ ਦਿਓ SIT ਆਪ ਹੀ ਕਰ ਦਿਓ ਕਿਉਂਕਿ ਲੋਕਾਂ ਨੂੰ ਪੁਲਿਸ 'ਤੇ ਯਕੀਨ ਨਹੀਂ ਰਿਹਾ ਇਸੇ ਕਰਕੇ ਆਪਾਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਰ ਆਉਂਦੀ ਕਿ ਕੋਈ ਨਸ਼ਾ ਵੇਚਣ ਵਾਲਾ ਜੇ ਕੋਈ ਫੜ ਗਿਆ ਤਾਂ ਲੋਕ ਆਪ ਕੁੱਟਣ ਲੱਗ ਗਏ ਉਹਨਾਂ ਨੂੰ ਕਿਉਂਕਿ ਪੁਲਿਸ 'ਤੇ ਯਕੀਨ ਨਹੀਂ ਰਿਹਾ ਭਗਵੰਤ ਮਾਨ ਨੇ ਲੋਕਾਂ ਦੇ SIT ਨੂੰ ਫਰੀ ਹੈਂਡ ਦਿੱਤਾ ਹੀ ਨਹੀਂ ਤੇ ਹੁਣ ਜਦੋਂ ਕੋਰਟ ਵਿੱਚ ਆਈਏ ਤਾਂ SIT ਨੂੰ ਫਰੀ ਹੈਂਡ ਦੇ ਦਿਓ SIT ਆਪ ਹੀ ਕਰ ਦਿਓ ਕਿਉਂਕਿ ਲੋਕਾਂ ਨੂੰ ਪੁਲਿਸ 'ਤੇ ਯਕੀਨ ਨਹੀਂ ਰਿਹਾ ਇਸੇ ਕਰਕੇ ਆਪਾਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਰ ਆਉਂਦੀ ਕਿ ਕੋਈ ਨਸ਼ਾ ਵੇਚਣ ਵਾਲਾ ਜੇ ਕੋਈ ਫੜ ਗਿਆ ਤਾਂ ਲੋਕ ਆਪ ਕੁੱਟਣ ਲੱਗ ਗਏ ਉਹਨਾਂ ਨੂੰ